ਸਲਾਮ ਅਲੈਕੁਮ ਸਰ ਸਾਰਾ ਇਹ ਜੀ ਵਾਈਟ ਕুইਨ 5ਜੀ ਦੇਖੋ ਗਰਮੀ ਨਾਲ ਕੀ ਹੰਦਾ ਹਾਲ ਹੋਇਆ ਇਸ ਟਾਈਮ ਔਰ ਇਹ ਦੇਖੋ ਤੁਸੀਂ ਫਰੂਟਿੰਗ ਇਹਦੀ ਮਾਸ਼ਾਅੱਲਾ ਬਿਲਕੁਲ ਸ਼ੁਰੂ ਹੋਈ ਹੋਈ ਹੈ ਦੇਖੋ ਪੌਦੇ ਜਿਹੜੇ ਹੈ ਗਰਮੀ ਨਾਲ ਵੈਸੇ ਡਿੱਗੇ ਪਏ ਨੇ ਇਹ ਦੇਖੋ ਜੀ ਇਹ ਇਹਦੀ ਫਰੂਟਿੰਗ ਸਾਰਾ ਦੇਖ ਰਹੇ ਹੋ ਤੁਸੀਂ ਟਿੰਡੇ ਨੂੰ ਬੰਨੇ ਸ਼ੁਰੂ ਹੋਏ ਹੋਏ ਨੇ ਔਰ ਕੋਈ ਪੰਜ ਛੇ ਟਿੰਡੇ ਇਹਦੇ ਤੇ ਨੇ ਆ ਇਹਦੇ ਤੇ ਦੇਖੋ ਫਲਾਵਰਿੰਗ ਤੋਂ ਨਜ਼ਰ ਆ ਰਹੀ ਹੈ। ਔਰ ਟਿੰਡੇ ਵੀ ਨਜ਼ਰ ਆ ਰਹੇ ਨੇ। ਗਰਮੀ ਨਾਲ ਜ਼ਰਾ ਇਹ ਤੁਸੀਂ ਦੇਖ ਰਹੇ ਹੋ ਪੂਰਾ ਫੀਲਡ ਜਿਹੜਾ ਹੈ ਸਾਰੇ ਗਰਮੀ ਨਾਲ ਪੌਦੇ ਇਸ ਟਾਈਮ ਲੇਟ ਹੀ ਗਏ ਨੇ। ਇਸ ਟਾਈਮ ਕੋਈ 3 ਵਜੇ ਦਾ ਟਾਈਮ ਹੈ ਜੀ। ਔਰ ਮਾਸ਼ੱਲਾ ਇਹ ਮੱਕੀ ਦੇ ਵਿੱਚ ਇੰਡਰ ਕ੍ਰੋਪਿੰਗ ਸੀ। ਕੁਛ ਮੱਕੀ ਅਸੀਂ ਵੜ ਲਈ ਹੈ, ਕੁਛ ਹੈ ਵੜਦੇ ਪਏ ਹਾਂ ਜੀ। ਔਰ ਇਹ ਦੇਖੋ ਇਹ ਬਹੁਤ ਦਾ ਜਿਹੜਾ ਮਾਸ਼ਾਅੱਲਾ ਇਹਦੇ ਚ ਟਿੰਡੇ ਵੀ ਤੁਸੀਂ ਬਰਪੂਰ ਟਿੰਡੇ ਇਹਦੇ ਚ ਫਰੂਟਿੰਗ ਜਿਹੜੀ ਹੈ ਇਹਦੀ ਦੇਖ ਰਹੇ ਹੋ ਤੁਸੀਂ ਬਹੁਤ ਅੱਛੀ ਫਰੂਟਿੰਗ ਅਰ ਪੱਤੇ ਦਾ ਸਾਈਜ਼ ਵਗੈਰਾ ਦੇਖੋ ਬਹੁਤ ਮਾਸ਼ਾਅੱਲਾ ਅੱਛਾ ਹੈ ਕੋਈ ਐਸੀ ਬਿਮਾਰੀ ਨਹੀਂ ਨਜ਼ਰ ਆ ਰਹੀ ਜ਼ਾਹਰੀ ਤੌਰ ਤੇ ਨਜ਼ਰ ਆਤੇ ਐਸਾ ਹੈ ਜੀ ਯਾਰ ਸਰ ਪੌਦੇ ਪਹਿਲੇ ਦਿਨੇ ਇਹਨਾਂ ਰਸਲੀ ਸ਼ਿਫਟ ਕੀਤੀ ਸੀ ਇਹ ਉਹ ਹੈ ਨਵੇਂ ਪੌਦੇ ਜਿਹੜੇ ਇਹਦੇ ਚ ਕਿਉਂਕਿ ਮੱਕੀ ਜਿੰਡਰ ਕ੍ਰੋਪਿੰਗ ਸੀ ਕਾਫੀ ਪੌਦੇ ਵਿੱਚ ਸਟਾਰਟ 'ਚ ਸਾਡੇ ਜ਼ਾਇਆ ਵੀ ਹੋਏ ਸੀਗੇ। ਔਰ ਇਹ ਦੇਖੋ ਤੁਸੀਂ ਇਹ ਜਿਹੜਾ ਪੌਦਾ ਛਾਂ 'ਚ ਉਹ ਬਿਲਕੁਲ ਸਹੀ ਖੜਾ ਹੋਇਆ ਮੱਕੀ ਦੇ ਸਾਏ 'ਚ। ਔਰ ਇਹ ਸਾਰੇ ਇੰਦਰ ਤੇ ਟਿੰਡੇ ਦੇਖ ਰਹੇ ਹੋ ਤੁਸੀਂ। ਇਹ ਸूरत ਇਹ ਸਰ 20 ਫਰਵਰੀ ਦੀ ਕਾਸ਼ਤ ਹੈ ਜੀ। ਇਹ ਸूरत ਹੈ ਲੰਦੀ ਹੈ ਸਾਰੇ ਦੀ ਮਾਸ਼ੱਲਾ ਜਿਹੜੇ ਮੱਕੀ ਦੇ ਅੰਦਰ ਹੈ ਉਹ ਪੌਦੇ ਬਿਲਕੁਲ ਸਹੀ ਖੜੇ ਨੇ। ਔਰ ਜਿੱਥੋਂ ਮੱਕੀ ਵੱਢੀ ਗਈ ਹੈ ਉਹ ਗਰਮੀ ਦੀ ਵਜ੍ਹਾ ਨਾਲ ਹੁਣ ਇਸ ਟਾਈਮ 3 ਵਜੇ ਦਾ ਟਾਈਮ ਹੈ ਉਹ ਲੇਟ ਗਏ ਸਾਰੇ ਇਹ ਦੇਖੋ ਜੀ। ਐ ਵੀ ਟਿੰਡੇ ਛਿੰਡੇ ਸਾਰੇ ਤਕਰੀਬਨ ਜਿਹੜੇ 20 ਫਰਵਰੀ ਦੀ ਜਿਹੜੀ ਕਾਸ਼ਟ ਹੈ ਉਹ ਸਾਰੇ ਦੇ ਤਕਰੀਬਨ 4 4 6 6 ਟਿੰਡੇ ਜਿਹੜੇ ਆਏ ਹੋਏ ਨੇ ਇਹ ਦੇਖੋ ਰੋਟਿੰਗ ਵੀ ਮਾਸ਼ਾਅੱਲਾ ਹੋ ਰਹੀ ਹੈ ਔਰ ਬਹੁਤ ਅੱਛਾ ਰਿਜ਼ਲਟ ਜਾ ਰਿਹਾ ਅੰਦਰ ਜੀ ਔਰ ਇਹਨੂੰ ਕੋਈ ਹੱਲੇ ਖਾਦ ਵਗੈਰਾ ਨਹੀਂ ਸਿਲਾਈ ਇਹ ਦੇਖੋ ਇਹਨੇ ਤਾਂ ਕਾਫੀ ਮਾਸ਼ਾਅੱਲਾ ਟਿੰਡੇ ਔਰ ਔਰ ਸਾਰੇ ਇਹ ਫਲਾਵਰਿੰਗ ਦੇਖੋ ਸਾਰੇ ਪੌਦਿਆਂ ਦੇ ਐਸਾ ਮੱਕੀ ਚ ਜਿੰਨੇ ਵੀ ਹੈ ਪੌਦੇ ਸਾਰੇ ਮਾਸ਼ਾਅੱਲਾ ਖੜੇ ਨੇ ਕੋਈ ਪੌਦਾ ਵੀ ਲੇਟਿਆ ਨਹੀਂਗਾ ਜਿੱਥੋਂ ਮੱਕੀ ਵੱਡੀ ਗਈ ਹੈ ਉਹ ਗਰਮੀ ਦੀ وجہ ਨਾਲ ਪੌਦੇ ਸਾਰੇ ਲੇਟੇ ਹੋਏ ਨੇ ਐਸੀ ਸੋਹਣੇ ਹਾਲ ਇਹ ਇਨਸ਼ਾਅੱਲਾ ਤਿੰਨ ਚਾਰ ਦਿਨ ਤੱਕ ਮੱਕੀ ਵੱਡੀ ਜਾਏਗੀ ਫੁਲੀ ਆਰਗੈਨਿਕ ਹੈ ਦੇਖ ਰਹੇ ਹੋ ਤੁਸੀਂ ਕੀ ਹਾਲ ਉਸ ਤੋਂ ਬਾਅਦ ਉਹਦੀ ਗੋਡੀ ਛੋਡੀ ਕਰਵਾਵਾਂਗੇ ਅਸੀਂ ਇਨਸ਼ਾਅੱਲਾ ਸਪਰੇਵਾਂ ਤੋਂ ਬਚਾਂਗੇ ਥੋੜਾ ਨਾਏ ਕਰੀਏ ਕੋਈ ਵੀ ਬਾਕੀ ਇਨਸ਼ਾਅੱਲਾ ਜੋ ਵੀ ਰਿਜ਼ਲਟ ਹੋਏਗਾ ਫਿਰ ਤੁਹਾਡਾ ਸ਼ੇਅਰ ਕਰਾਂਗੇ ਇਨਸ਼ਾਅੱਲਾ ਅਬ ਸਲਾਮ